ਸਲਾਨਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ 50 ਦੇ ਲਗਭਗ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲੈਂਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਦੇ ਮੰਤਵ ਤੋਂ ਖੂਨਦਾਨ ਕੀਤਾ। ਇਸ ਤੋਂ ਇਲਾਵਾ ਅਸੀਂ ਆਪਣੇ ਕਾਲਜ ਦੇ ਵਿੱਚ ਅੱਜ ਇੱਕ ਰੈੱਡ ਰਿਬਨ ਸੁਸਾਇਟੀ ਅਤੇ ਰੋਟਰ ਕਲੱਬ ਦੇ ਵੱਲੋਂ ਪਲਾਂਟੇਸ਼ਨ ਡਰਾਈਵ ਵੀ ਆਯੋਜਿਤ ਕੀਤੀ ਹੈ ਜਿਸ ਵਿੱਚ ਡਿਸਟ੍ਰਿਕਟ ਰੋਟਰੀ ਕਲੱਬ ਦੇ ਵੱਲੋਂ ਸਾਨੂੰ 50 ਜਿਹੜੇ ਫਲਾਵਰ ਪੋਟਸ ਦਿੱਤੇ ਗਏ ਆ ਔਰ ਇਹ ਆਸ਼ਵਾਸਨ ਦਵਾਇਆ ਗਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੀਨ ਗੁਜਰਾਂਵਾਲਾ ਗੁਰੂ ਖਾਲਸਾ ਕਾਲਜ ਦੀ ਜਿਹੜੀ ਮੁਹਿੰਮ ਹੈਗੀ ਆ ਉਸ ਨੂੰ ਸਕਾਰਾਤਮਕ ਦਿਸ਼ਾ ਦੇ ਵੱਲ ਸੇਧ ਦੇਣ ਅਤੇ ਗੁਜਰਾਂਵਾਲਾ ਗੁਰੂ ਖਾਲਸਾ ਕਾਲਜ ਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ ਕਲੱਬ ਦੇ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾਵੇਗਾ। ਧੰਨਵਾਦ।